ਜੋ ਕੁਛ ਮੈਂ ਮਹਿਸੂਸ ਕੀਤਾ ਇਹਨਾਂ ਦਿਨਾਂ ਦੇ ਵਿੱਚ, ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ, ਮੈਨੂੰ ਸਾਡੇ ਬਾਹਰ ਦੇ ਪ੍ਰਮੋਟਰਾਂ ਨੇ ਕਿਹਾ ਯਾਰ ਕੁਛ ਇਸ ਤਰ੍ਹਾਂ ਦਾ ਉਹ ਕਰਨਾ ਹੈ। ਮੈਂ ਕਿਹਾ ਯਾਰ ਕੀ ਕਰਨਾ ਹੈ? ਕਹਿੰਦਾ ਜੀ ਤੁਸੀਂ ਮਾਫ਼ੀ ਨਹੀਂ ਮੰਗੀ। ਮੈਂ ਫਿਰ ਮਾਫ਼ੀ ਕਿਸ ਗੱਲ ਦੀ ਹੈ? ਕਹਿੰਦੇ ਜਿਹੜਾ ਹੋਇਆ ਸੀ ਉਹ ਕਾਂਡ ਹੋਇਆ ਸੀ ਵੈਂਕੂਵਰ ਦੀ ਸਟੇਜ 'ਤੇ ਹੋਇਆ ਸੀ। ਮੈਂ ਕਿਹਾ ਵੈਂਕੂਵਰ ਦੀ ਸਟੇਜ 'ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ, ਉਹ ਮੇਰੇ ਅੱਗੇ ਮੁਰਦਾਬਾਦ ਬੁਲਾਉਂਦੇ ਰਹੇ। ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨਾ ਜਿਹੜੀ ਖਤਰਨਾਕ ਹੁੰਦੀ, ਫਿਰ ਮੇਰੇ ਮੂੰਹ 'ਚੋਂ ਨਿਕਲਿਆ ਕੁਛ, ਹਾਲਾਂਕਿ ਗਾਲ ਨਹੀਂ ਸੀ ਉਹ, ਬੱਤੀ ਨੂੰ ਗਾਲ ਨਹੀਂ ਕਹਿੰਦੇ। ਮਾਵਾਂ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ। ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ, ਉਹ ਪੰਜਾਬੀ ਤੋਂ ਕੰਗਾਲ। ਖਾਜੇ ਚੰਦਰਾ ਜਦੋਂ ਜਗਾਲ ਤੇ ਬੱਤੀ ਦੇਣੀ ਪੈਂਦੀ ਹੈ। ਸਾਧੂ ਸੰਤ ਸੇਖ ਦੇ ਧੂਣੇ, ਨਾ ਕੋਈ ਜਾਦੂ ਨਾ ਕੋਈ ਟੂਣੇ, ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ। ਇਹ ਗਾਲ ਨਹੀਂ ਹੈ, ਇਹ ਗਾਲ ਨਹੀਂ ਹੈ। ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ, ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਉਹ ਜੋ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸ ਹੀ ਨਹੀਂ ਕੀਤੀਆਂ ਉਹਨਾਂ ਨੇ। ਜੋ ਵੀ ਗੱਲ ਹੋਈ ਸੀ ਉਸ ਵੇਲੇ, ਫਿਰ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫ਼ੀ ਮੰਗਣੀ ਹੈ, ਤਾਂ ਫਿਰ ਮਾਫ਼ੀ ਕਿਸ ਤਰ੍ਹਾਂ ਮੰਗੀ? ਕਹਿੰਦੇ ਜੀ ਤੁਸੀਂ ਉਹਦੇ 'ਤੇ ਆਪਣਾ ਉਹਦੇ ਮੰਗ। ਮੈਂ ਤਾਂ ਕਿਹਾ ਦੂਜੇ ਦਿਨ ਹੀ ਮੈਂ ਮਾਫ਼ੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ। ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ, ਮੈਂ ਮਾਫ਼ੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ੍ਹ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ, ਪਤਾ ਨਹੀਂ ਇਹ ਹੋਣੀ ਸੀ। ਐਕਚੁਅਲੀ 'ਚ ਹੋਣੀ ਹੁੰਦੀ ਹੈ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਹੋਣੀਆਂ ਹੁੰਦੀਆਂ ਬਾਬਾ ਜੀ। ਕਿਸੇ ਦੇ ਮੂੰਹ 'ਚੋਂ ਨਿਕਲਣੇ ਸੀ ਬੋਲ, ਮੇਰੇ ਲਈ ਹੋਣਾ ਸੀਗਾ, ਉਹਨਾਂ ਤੋਂ ਵੀ ਹੋਣਾ ਸੀ, ਮੇਰੇ ਤੋਂ ਵੀ ਹੋਣਾ ਸੀ, ਦੋਨਾਂ ਤੋਂ ਗਲਤੀ ਹੋਈ ਹੈ। ਜਦੋਂ ਮਾਂ ਨੂੰ ਗਾਲ ਕੱਢਦੇ ਹੋ ਤੁਸੀਂ, ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ, ਗੁਰਦਾਸ ਨੂੰ ਗੱਦਾਰ ਬਣਾ ਕੇ ਪੇਸ਼ ਕੀਤਾ, ਅਤੇ ਮੈਂ ਹੁਣ ਉਹਦੇ ਸਬੂਤ ਦਿੰਦੇ ਫਿਰਾਂ ਕਿ ਮੈਂ ਗੁਰਦਾਸ ਉਹ ਗੱਦਾਰ ਨਹੀਂ ਹੈ ਯਾਰ, ਮੈਂ ਤਾਂ ਪੰਜਾਬੀ ਲਈ ਬਹੁਤ ਕੁਛ ਕੀਤਾ। ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਛ ਕੀਤਾ? ਇਹ ਮੇਰੀ ਸੰਗਤ ਦੱਸਦੀ ਹੈ, ਮੇਰੇ ਲੋਕ ਦੱਸਦੇ ਆ, ਮੇਰੇ ਪਿਆਰ ਕਰਨ ਵਾਲੇ ਦੱਸਦੇ ਆ, ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤੀ ਨਹੀਂ ਹੈ, ਪਰ ਮੁੱਦਾ ਬਣਾ ਲਿਆ।